ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ, ਬਿਕੋਜ਼ ਪੰਜਾਬ ਦੇ ਵਿੱਚ ਨਵੀਆਂ ਭਰਤੀਆਂ ਆ ਚੁੱਕੀਆਂ, ਕਿੱਦਾਂ ਤੁਸੀਂ ਅਪਲਾਈ ਕਰਨਾ, ਕਿਹੜੇ ਕਿਹੜੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ, ਤੁਹਾਨੂੰ ਮੈਂ ਸਾਰਾ ਬਰੀਫ 'ਚ ਦੱਸਾਂਗੀ। ਵੀਡੀਓ ਨੂੰ ਪੂਰਾ ਜ਼ਰੂਰ ਵੇਖੋ, ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਨੂੰ ਪੰਜਾਬ ਸਟੇਟ ਦੀ ਹਰ ਰਿਕਰੂਟਮੈਂਟ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਜਾਵੇ, ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਦੇ ਨਾਲ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਤਾਂ ਚਲੋ ਹੁਣ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ। ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਲੋਕਲ ਗਵਰਨਮੈਂਟ ਦੇ ਔਰ ਸੈਂਟਰਲ ਦੀਆਂ ਨਵੀਆਂ ਵੈਕੈਂਸੀਜ਼ ਆਊਟ ਹੋ ਚੁੱਕੇ ਆ ਔਰ ਕੁਛ ਇੰਪੋਰਟੈਂਟ ਨੋਟੀਫਿਕੇਸ਼ਨ ਆਏ ਆ, ਜਿੱਦਾਂ ਕਿ ਐਡਮਿਟ ਕਾਰਡ ਆ ਚੁੱਕੇ ਆ ਔਰ ਇਗਜ਼ਾਮ ਡੇਟਸ ਜਿਹੜੇ ਡਿਲੇ ਕੀਤੀਆਂ ਗਈਆਂ ਸੀ ਉਹਨਾਂ ਰਿਲੇਟਡ ਨਿਊ ਨੋਟੀਫਿਕੇਸ਼ਨ ਆਏ ਆ। ਮੈਂ ਆਪਣੀ ਆਫਿਸ਼ੀਅਲ ਸਾਈਟ 'ਤੇ ਹੁਣੀ ਹੁਣੀ ਅਪਡੇਟ ਕਰਕੇ ਆਈ ਹਾਂ, www.glory.com, ਜਿਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਾ ਕੇ ਮਿਲ ਜੂਗਾ ਔਰ ਤੁਸੀਂ ਸਕਰੀਨ 'ਤੇ ਵੀ ਵੈਬਸਾਈਟ ਦੇਖ ਪਾ ਰਹੇ ਹੋ। ਤਾਂ ਹੁਣ ਗੱਲ ਕਰਾਂਗੇ ਰਿਕਰੂਟਮੈਂਟ ਦੀ। ਪੋਸਟਾਂ ਜਿਹੜੀਆਂ ਆਊਟ ਹੋਈਆਂ, ਟੋਟਲ 158 ਪੋਸਟਾਂ ਆਊਟ ਹੋਈਆਂ ਆ। ਸੈਲਰੀ ਇਹਦੇ ਵਿੱਚ ਤੁਹਾਡੀ 39,100 ਪਲੱਸ ਤੁਹਾਡਾ ਜਿਹੜਾ 6,00 ਰੁਪਏ ਇਹਨਾਂ ਨੇ ਗ੍ਰੇਡ ਪੇ ਦੱਸ ਦਿੱਤਾ ਹੋਇਆ ਆ। ਆਖਰੀ ਤਰੀਕ ਅਪਲਾਈ ਕਰਨ ਦੀ ਹੈਗੀ ਹੈ 7 ਮਈ 2020। ਐਕਚੁਅਲ ਦੇ ਵਿੱਚ ਦੋ ਅਲੱਗ ਅਲੱਗ ਨੋਟੀਫਿਕੇਸ਼ਨ ਆਏ ਹੋਏ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ, ਦੋਨਾਂ ਦੇ ਲਈ ਕਿਹੜੀ ਕਿਹੜੀ ਵੈਕੈਂਸੀਜ਼ ਆਊਟ ਹੋਈਆਂ ਆ, ਕਿਆ ਕਿਆ ਇਲੀਜੀਬਿਲਟੀ ਮੰਗੀ ਆ, ਕਦੋਂ ਤੋਂ ਕਦੋਂ ਤੱਕ ਤੁਸੀਂ ਅਪਲਾਈ ਕਰ ਲੈਣਾ ਆ ਔਰ ਸਿਲੈਕਸ਼ਨ ਤੁਹਾਡੀ ਕਿੱਦਾਂ ਹੋਊਗੀ, ਤੁਹਾਨੂੰ ਮੈਂ ਸਾਰਾ ਬਰੀਫ 'ਚ ਦੱਸਾਂਗੀ। ਤਾਂ ਆਪਾਂ 1 by 1 ਗੱਲ ਕਰਾਂਗੇ। ਸਭ ਤੋਂ ਪਹਿਲਾਂ ਚੱਲਦੇ ਹਾਂ ਪਹਿਲੇ ਨੋਟੀਫਿਕੇਸ਼ਨ 'ਤੇ। ਅਤੇ ਤੁਸੀਂ ਦੇਖ ਸਕਦੇ ਹਾਂ ਆਪਾਂ ਆਫਿਸ਼ੀਅਲ ਨੋਟੀਫਿਕੇਸ਼ਨ 'ਤੇ ਆ ਚੁੱਕੇ ਹਾਂ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ, ਦੋ ਤਰ੍ਹਾਂ ਦੀਆਂ ਵੈਕੈਂਸੀਜ਼ ਆਊਟ ਹੋਈਆਂ ਆ, ਠੀਕ ਹੈ। ਜਿਹੜੀ ਫਸਟ ਵੈਕੈਂਸੀ ਆ ਉਹਦੇ ਵਾਸਤੇ 10,300 ਤੋਂ ਲੈ ਕੇ 34,800 ਪਲੱਸ ਜਿਹੜਾ 5,000 ਰੁਪਇਆ ਤੁਹਾਡਾ ਗ੍ਰੇਡ ਪੇ ਰਹੇਗਾ, ਠੀਕ ਹੈ। ਉਸ ਤੋਂ ਇਲਾਵਾ ਜਿਹੜੀ ਮੈਂ ਤੁਹਾਨੂੰ ਦੱਸਿਆ 39,100 ਪਲੱਸ 6,00 ਰੁਪਏ ਤੁਹਾਡਾ ਗ੍ਰੇਡ ਪੇ ਰਹੇਗਾ, ਉਹ ਜਿਹੜੀ ਵੈਕੈਂਸੀਜ਼ ਲਈ ਆ, ਜਿਹੜੀ ਕਿ 158 ਵੈਕੈਂਸੀਜ਼ ਆਊਟ ਹੋਈਆਂ ਆ। ਤੁਸੀਂ ਵੇਖ ਸਕਦੇ ਹਾਂ 158 ਅਸਾਮੀਆਂ ਦੇ ਲਈ ਆ, ਜਿਹੜੀ ਕਿ ਪ੍ਰਿੰਸੀਪਲ ਦੀਆਂ। ਉਸ ਤੋਂ ਇਲਾਵਾ ਜਿਹੜੇ 75 ਪੋਸਟਾਂ ਆ ਉਹਨਾਂ ਦੇ ਲਈ ਜਿਹੜੀ ਆ ਇਹਨਾਂ ਨੇ ਜਿਹੜੀ ਸੈਲਰੀ ਦੱਸੀ ਹੈ 10,300 ਤੋਂ ਲੈ ਕੇ 34,800 ਪਲੱਸ ਤੁਹਾਡਾ ਗ੍ਰੇਡ ਪੇ ਰਹੇਗਾ। ਇਹ ਜਿਹੜੀ ਪੋਸਟ ਹੈ ਪ੍ਰਾਇਮਰੀ ਸਿੱਖਿਆ ਅਫਸਰ ਦੀ ਆ, ਠੀਕ ਹੈ। ਯਾਨੀ ਕਿ 158 ਪਲੱਸ 75 ਪੋਸਟਾਂ ਆਊਟ ਹੋਈਆਂ ਆ। ਜਿਹੜੇ ਵੀ ਕੈਂਡੀਡੇਟਸ ਦੀ ਏਜ ਲਿਮਿਟ 18 ਤੋਂ 37 ਸਾਲ ਹੈ ਉਹ ਇੱਥੇ ਅਪਲਾਈ ਕਰ ਸਕਦੇ ਆ, ਪਲੱਸ ਰਿਲੈਕਸੇਸ਼ਨ ਜਿਹੜਾ ਐਜ਼ ਪਰ ਰੂਲਸ ਤੁਹਾਨੂੰ ਦਿੱਤਾ ਹੀ ਜਾਏਗਾ। ਔਰ ਏਜ਼ ਦੀ ਜਿਹੜੀ ਲਿਮਿਟ ਆ 18 ਤੋਂ 37 ਸਾਲ ਤੁਹਾਨੂੰ ਮੈਂ ਆਲਰੇਡੀ ਦੱਸ ਹੀ ਦਿੱਤੀ ਆ, ਪਲੱਸ ਰਿਲੈਕਸੇਸ਼ਨ ਹੈ। ਔਰ ਇਸ ਤੋਂ ਇਲਾਵਾ ਜਿਹੜੀ ਤੁਹਾਡੀ 10th ਕਲਾਸ ਹੈ ਯਾਨੀ ਕਿ 10ਵੀਂ ਕਲਾਸ, ਤੁਹਾਡੀ ਪੰਜਾਬੀ ਸਬਜੈਕਟ ਨਾਲ ਪਾਸ ਆਊਟ ਹੋਣੀ ਜ਼ਰੂਰੀ ਹੈ। ਔਰ ਜਿਹੜੀ ਇਹਨਾਂ ਨੇ ਕੁਆਲੀਫਿਕੇਸ਼ਨ ਮੰਗੀ ਆ, ਮਾਸਟਰ ਡਿਗਰੀ ਤੁਸੀਂ ਕੀਤੀ ਹੋਈ ਆ ਆਰਟਸ ਦੇ ਵਿੱਚ, ਸਾਇੰਸ ਕਾਮਰਸ, ਜਾਂ ਤੁਸੀਂ ਇੰਜੀਨੀਅਰਿੰਗ ਕੀਤੀ ਹੋਈ ਆ ਮਾਸਟਰ ਡਿਗਰੀ, ਯਾਨੀ ਤੁਸੀਂ ਕੀਤੀ ਹੋਈ ਹੈ ਇੰਜੀਨੀਅਰਿੰਗ ਲਈ, ਮਤਲਬ ਆਪ ਤੁਸੀਂ ਐਮ ਟੈਕ ਕੀਤੀ ਆ, ਤਾਂ ਤੁਸੀਂ ਇੱਥੇ ਜਿਹੜਾ ਅਪਲਾਈ ਕਰ ਸਕਦੇ ਆ। ਉਸ ਤੋਂ ਇਲਾਵਾ ਇਹਨਾਂ ਨੇ ਨਾਲ ਦੱਸਿਆ ਹੋਇਆ ਕਿ ਜਿਹੜੇ ਤੁਹਾਡੇ ਮਾਸਟਰ ਡਿਗਰੀ ਦੇ ਵਿੱਚ ਜਨਰਲ ਕੈਟਾਗਰੀ ਦੇ 50% ਮਾਰਕਸ ਰੇਟ ਜਿਨ੍ਹਾਂ ਦੇ ਹੈਗੇ ਆ ਉਹ ਕੈਂਡੀਡੇਟਸ ਇੱਥੇ ਅਪਲਾਈ ਕਰ ਸਕਦੇ ਆ, ਔਰ ਰਿਜ਼ਰਵਡ ਕੈਟਾਗਰੀ ਦੇ ਲਈ ਇਹਨਾਂ ਨੇ 45% ਮਾਰਕਸ ਜਿਹੜੇ ਆ ਉਹ ਮੰਗਿਆ। ਇਸ ਤੋਂ ਇਲਾਵਾ ਇਹਨਾਂ ਨੇ ਦੱਸਿਆ ਹੋਇਆ ਕਿ ਜਾਂ ਤੁਸੀਂ ਨਾਲ ਬੀ ਐੱਡ ਕੀਤੀ ਹੋਵੇ ਜਾਂ ਤੁਹਾਨੂੰ ਫੈਕਲਟੀ ਟੀਚਰ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ, ਜਾਂ 3 ਸਾਲ ਦਾ ਕੋਈ ਵੀ ਐਕਸਪੀਰੀਅੰਸ ਹੈਗਾ ਤੁਹਾਨੂੰ, ਗਵਰਨਮੈਂਟ ਇੰਪਲੋਈ ਤੁਸੀਂ ਹੈਗੇ ਹੋ ਟੀਚਿੰਗ ਡਿਪਾਰਟਮੈਂਟ ਦੇ ਵਿੱਚ, ਚਾਹੇ ਤੁਸੀਂ ਪ੍ਰਾਇਮਰੀ ਟੀਚਰ ਹੋ ਤਾਂ ਵੀ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ PPSC.gov.in 'ਤੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹਾਂ। ਕੋਈ ਤੁਹਾਡਾ ਡਾਊਟ ਹੈ, ਤੁਹਾਨੂੰ ਕੋਈ ਸਮਝ ਨਹੀਂ ਆ ਰਿਹਾ, ਕਮੈਂਟ ਕਰਕੇ ਜ਼ਰੂਰ ਪੁੱਛੋ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ। ਧੰਨਵਾਦ।